ਸਾਸ਼ੀਕਲ ਮੇਰੇ ਪਿਆਰੇ ਦੋਸਤੋ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ ਸਟੱਡੀ ਪਲੈਟਫਾਰਮ ਦੀਪ ਜੋਬ ਪੋਰਟਲ ਤੇ ਤੇ ਦੋਸਤੋ ਵੀਡੀਓ ਦੇ ਵਿੱਚ ਇੱਕ ਪੋਜ਼ਿਟਿਵ ਰਿਸਪੌਂਸ ਪੋਜ਼ਿਟਿਵ ਅਪਡੇਟ ਲੈ ਕੇ ਆਇਆ ਤੁਹਾਡੇ ਸਾਰੇ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੋਸਤੋ ਪਿਛਲੇ 6 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਕੈਂਡੀਡੇਟ ਭਰਾਵਾਂ ਲਈ ਐਸਪੀਰੈਂਟ ਭਰਾਵਾਂ ਲਈ ਕਿੰਨਾ ਮਾੜਾ ਸਮਾਂ ਜਿਹੜਾ ਲੰਘਿਆ ਪਰਤੀਆਂ ਦਾ ਬਹੁਤ ਕੱਢੀਆਂ ਪਰ ਕੋਈ ਵੀ ਪਰਤੀ ਸਿਰੇ ਨਹੀਂ ਚੜੀ ਗਈ ਸੋ ਹੁਣ ਵੋਟਾਂ ਦੇ ਮਾਹੌਲ ਕਰਕੇ ਕੋਈ ਵੀ ਜਿਹੜੀ ਪਾਰਟੀ ਆ ਸਾਡੀ ਬਾਣੀ ਫੜ ਰਹੀ ਇੱਕ ਪੋਜ਼ਿਟਿਵ ਰਿਸਪੌਂਸ ਜਿਹੜਾ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆਏ ਦੋਸਤੋ ਉਸ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਕੁਝ ਗੱਲਾਂ ਕਰਨੀਆਂ ਚਾਹੂੰਗਾ ਕਿ ਦੋਸਤੋ ਹੁਣ ਜਦੋਂ ਅੱਗੇ ਵਾਲਾ ਸਮਾਂ ਲੈ ਕੇ ਆਉਣਾ ਅੱਗੇ ਵਾਲਾ ਸਮਾਂ ਮੀਨਸ ਕਿ ਅਗਲੀ ਸਰਕਾਰ ਲੈ ਕੇ ਆਉਣੀਆਂ ਦੋਸਤੋ ਇਹ ਆਪਾਂ ਨੂੰ ਹੀ ਖੁਦ ਹੀ ਡਿਸਾਈਡ ਕਰਨੀ ਹੈ ਕਿਉਂਕਿ ਆਈ ਵਾਰ ਆਪਾਂ ਇੱਕ ਗਲਤ ਸਰਕਾਰ ਨੂੰ ਚੁਣ ਕੇ ਆਪਣੇ ਪੰਜਾਬ ਵਿੱਚ ਲਿਆਉਣੇ ਤੇ ਉਹੀ ਸਰਕਾਰ ਆਪਣੇ ਲੱਤਾਂ ਲਾਉਂਦੀ ਹੈ ਫਿਰ ਠੀਕ ਹੈ ਸੋ ਦੋਸਤੋ ਇੱਕ ਹੁਣ ਆਪਣੇ ਦਾ ਵੀ ਇੱਕ 골ਡਨ ਟਾਈਮ ਆ ਉਹੀ ਨੇਤਾਾਂ ਤੋਂ ਸਵਾਲ ਪੁੱਛਣ ਦਾ ਠੀਕ ਹੈ ਇਸ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਪੋਸਟ ਕੀਤੀ ਸੀਗੀ ਉਹਦੇ ਵਿੱਚ ਇੱਕ ਨੌਜਵਾਨ ਭਰਾ ਨੇ ਇੱਕ ਮਤਲਬ ਮੰਤਰੀ ਤੋਂ ਸਵਾਲ ਪੁੱਛੇ ਸੀਗੇ ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਊਗੀ ਠੀਕ ਹੈ ਸਵਾਲ ਪੁੱਛਣ ਦਾ ਸਾਡਾ ਵਿਰੋਧ ਤਾਂ ਕੀਤਾ ਜਾਂਦਾ ਪਰ ਦੋਸਤੋ ਇਹਨਾਂ ਲੀਡਰਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ ਤੇ ਦੋਸਤੋ ਅ ਵੀਡੀਓ ਨੂੰ ਆਪਾਂ ਪੋਲਿਟੀਕਲ ਪੱਧਰ ਤੇ ਨਹੀਂ ਲੈ ਕੇ ਜਾਂਦੇ ਸੋ ਇਸ ਵੀਡੀਓ ਦੇ ਵਿੱਚ ਇੱਕ ਅਪਡੇਟ ਆ ਜਿਹੜਾ ਤੁਹਾਡੇ ਸਾਰੇ ਭਰਾਵਾਂ ਲਈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਪਿਛਲੀਆਂ ਸਰਕਾਰਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਰੱਖਣ ਦਾ ਦੋਸ਼ ਦੋਸਤੋ ਤੁਸੀਂ ਦੇਖ ਸਕਦੇ ਹੋ ਹਰਪਾਲ ਚੀਮਾ ਜੀ ਨੇ ਠੀਕ ਹੈ ਤੇ ਇਹਨਾਂ ਨੇ ਬਿਆਨ ਦਿੱਤਾ ਕਿ ਅਧੂਰੀ ਪਈ ਭਰਤੀ ਪ੍ਰਕਿਰਿਆ ਤੇ ਖਾਲੀ ਅਸਾਮੀਆਂ ਪਹਿਲ ਤੇ ਆਧਾਰ ਤੇ ਭਰੇਗੀ ਆਪ ਸਰਕਾਰ ਠੀਕ ਹੈ ਚੀਮਾ ਤੇ ਦੋਸਤੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਾਡਾ ਮਕਸਦ ਕਿਸੇ ਵੀ ਪਾਰਟੀ ਨੂੰ ਮੁੱਖ ਰੱਖ ਕੇ ਚੱਲਣਾ ਨਹੀਂ ਹੁੰਦਾ ਜਸਟ ਅਸੀਂ ਤੁਹਾਡੇ ਲਈ ਵੀਡੀਓ ਅਪਡੇਟ ਜਾਰੀ ਕਰਦੇ ਹਾਂ ਠੀਕ ਹੈ ਕਿਉਂਕਿ ਦੋਸਤੋ ਮੈਨੂੰ ਮੈਨੂੰ ਪਰਸਨਲੀ ਪੁੱਛੋ ਤਾਂ ਇਦਾਂ ਲੱਗਦਾ ਕਿ ਆਪਾਂ ਸਭ ਨੂੰ ਇੱਕ ਵਾਰ ਇੱਕ ਨਵੀਂ ਪਾਰਟੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਠੀਕ ਹੈ ਜੀ ਸੋ ਇਹੀ ਅਪਡੇਟ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਵੇਟਿੰਗ ਲਿਸਟ ਵਾਲੇ ਮੁੱਦੇ ਤੇ ਵੀ ਬਹੁਤ ਜ਼ਿਆਦਾ ਮਤਲਬ ਗੌਰ ਕੀਤੀ ਆ ਪਿਛਲੇ ਦਿਨੀ ਹਫਤਾ 10 ਦਿਨ ਪਹਿਲਾਂ ਕੈਂਡੀਡੇਟ ਭਰਾ ਸੀ ਜਿਹੜੇ ਪੰਜਾਬ ਪੁਲਿਸ ਕਨਸਟੇਬਲ ਭਰਤੀ ਵਾਲੇ ウェイਟਿੰਗ ਲਿਸਟ ਵਾਲੇ ਇਹਨਾਂ ਨੂੰ ਮਿਲੇ ਸੀਗੇ ਤੇ ਆਪਣੇ ਮਸਲੇ ਇਹਨਾਂ ਨਾਲ ਸ਼ੇਅਰ ਕੀਤੇ ਸੀਗੇ ਠੀਕ ਅਸੀ ਤੇ ਬਾਕੀ ਦੋਸਤੋ ਇਹ ਜਿਹੜੀ ਖਬਰ ਹੈ ਪੂਰੀ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਵੀ ਪੋਸਟ ਕਰ ਦਿੱਤੀ ਆ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਖਬਰ ਤੋਂ ਅੱਡੇ ਨਾਲ ਪੂਰੀ ਆਪਾਂ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਦੋਸਤੋ ਆਪ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 1 ਲੱਖ ਦੇ ਕਰੀਬ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਿਸਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਦੀਆਂ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਇਸ ਤੋਂ ਇਲਾਵਾ ਕੁਝ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਦੇ ਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਕਰੋੜਾਂ ਰੁਪਏ ਫੀਸ ਵਜੋਂ ਵਸੂਲ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਉਹਨਾਂ ਵਾਦਾ ਕੀਤਾ ਕਿ ਪੰਜਾਬ 'ਚ ਆਪ ਦੀ ਸਰਕਾਰ ਬਣਨ ਤੇ ਅਧੂਰੀ ਭਈ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਤੇ ਹੋਰ ਖਾਲੀ ਅਸਾਮੀਆਂ ਤੇ ਪਹਿਲ ਦੇ ਆਧਾਰ ਤੇ ਭਰਤੀ ਕੀਤੀ ਜਾਵੇਗੀ ਸੋ ਦੋਸਤੋ ਇੱਕ ਪੋਜ਼ਿਟਿਵ ਅਪਡੇਟ ਆ ਸਾਡੇ ਸਾਰਿਆਂ ਲਈ ਕਿਉਂਕਿ ਇਸ ਟਾਈਮ ਦੇ ਵਿੱਚ ਜਿਹੜੇ ਬੱਚਾ ਦਾ ਤੁਸੀਂ ਇਹ ਦੇਖ ਲਓ ਨੰਬਰ ਆ ਗਿਆ ਆਵੇਂ ਪੰਜਾਬ ਪੁਲਿਸ ਦੀ ਭਰਤੀ ਆ ਭਾਵੇਂ ਕੋਈ ਹੋਰ ਭਰਤੀ ਆ ਉਹ ਹਜੇ ਵੀ ਅਪਸਟ ਬੈਠੇ ਨੇ ਕਿ ਸਾਨੂੰ ਜੁਆਇਨਿੰਗ ਮਿਲੇਗੀ ਕਿ ਨਹੀਂ ਮਿਲੇਗੀ ਕਿਉਂਕਿ ਕੈਂਡੀਡੇਟ ਇਸ ਗੱਲੋਂ ਪਰੇਸ਼ਾਨ ਨੇ ਕਿ ਹੁਣ ਜੇ ਸਰਕਾਰ ਕੋਈ ਹੋਰ ਆਉਂਦੀ ਆ ਤਾਂ ਉਹ ਸਾਨੂੰ ਭਰਤੀ ਕਰੇਗੀ ਕਿ ਨਹੀਂ ਕਰੇਗੀ ਸੋ ਦੋਸਤੋ ਤੁਸੀਂ ਪੋਜ਼ਿਟਿਵ ਰਹੋ ਪੋਜ਼ਿਟਿਵ ਰਿਸਪੌਂਸ ਰੱਖੋ ਆਪਣੇ ਆਪ ਵਿੱਚ ਪੋਜ਼ਿਟਿਵ ਵਾਈਬਸ ਰੱਖਿਆ ਕਰੋ ਕਿਉਂਕਿ ਆਪਾਂ ਨੂੰ ਜੇ ਆਪਾਂ ਪੋਜ਼ਿਟਿਵ ਰਹਿ ਕੇ ਚੱਲਾਂਗੇ ਤਾਂ ਹੀ ਕੁਝ ਬਣੂਗਾ ਨਹੀਂ ਜੇ ਆਪਾਂ ਨੈਗੇਟਿਵ ਹੋ ਜਾਾਂਗੇ ਤਾਂ ਆਪਣਾ ਹੀ ਜਿਹੜਾ ਮਤਲਬ ਨੁਕਸਾਨ ਹੋਣਾ ਇਸ ਚੀਜ਼ ਦਾ ਠੀਕ ਹੈ ਉਹਨਾਂ ਕਿਹਾ ਕਿ ਪੜ੍ਹੇ ਲਿਖੇ ਲੱਖਾਂ ਨੌਜਵਾਨ ਸਰਕਾਰੀ ਨੌਕਰੀਆਂ ਮਿਲਣ ਦੀ ਉਡੀਕ ਕਰ ਰਹੇ ਹਨ ਪਰ ਸੱਤਾ ਤੇ ਕਬਜ਼ਾ ਸੱਤਾ ਤੇ ਕਾਬਜ ਰਹੀਆਂ ਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੰਦੀਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸੱਤਾ ਤੇ ਕਾਬਜ ਹੋਣ ਮਗਰੋਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਦੇ ਪੋਤੇ ਸਣੇ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੇ ਧੀਆਂ ਪੁੱਤਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਹਨ ਠੀਕ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਦੋਸਤੋ ਪਿਛਲੀਆਂ ਭਰਤੀਆਂ ਦੇ ਵਿੱਚ ਕੀ ਚੱਲਿਆ ਸਬ ਇੰਸਪੈਕਟਰ ਤੇ ਇੰਟੈਲੀਜੈਂਸ ਦੀ ਜਿਹੜੀਆਂ ਭਰਤੀਆਂ ਕੈਨਸਲ ਹੋਈਆਂ ਨੇ ਇਹਨਾਂ ਦੇ ਪਿੱਛੇ ਇੱਕ ਵੱਡੇ ਗ੍ਰੋਹ ਦਾ ਦੋਸਤੋ ਹੱਥ ਹੈ ਠੀਕ ਹੈ ਆਪ ਆਗੂ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਸਰਕਾਰ ਬਣਨ ਤੇ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਤੇ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਮੈਰਿਟ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇਗਾ ਠੀਕ ਹੈ ਜੀ ਤੇ ਦੋਸਤੋ ਬਾਕੀ ਦੋਸਤੋ ਮੈਂ ਇਹੀ ਕਿਹੜਾ ਚਾਹੂੰਗਾ ਕਿ ਆਪਣੇ ਕੋਲ ਇਹੀ 골ਡਨ ਸਮਾਂ ਕਿ ਇੱਕ ਵੱਖਰੇ ਸਰਕਾਰ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਆਪਾਂ ਨੂੰ ਇਹ ਨਾ ਹੋ ਸਕੇ ਕਿ ਆਪਾਂ ਨੇ ਕਿਸੇ ਹੋਰ ਨੂੰ ਮੌਕਾ ਦਿੱਤਾ ਕਿਉਂਕਿ ਹਰ ਆਪਾਂ ਆਈ ਵਾਰ ਆਪਾਂ ਦੋ ਪਾਰਟੀਆਂ ਨੂੰ ਮੌਕਾ ਦਿੰਦੇ ਆ ਕਦੇ ਉਹ ਰਾਜ ਕਰ ਲੈਂਦੀ ਆਪਾਂ ਸਾਲਾਵਾਦ ਉਹ ਰਾਜ ਕਰ ਲੈਂਦੀ ਆ ਸੋ ਹੁਣ ਆਪਾਂ ਨੇ ਖੁਦ ਹੀ ਸੋਚਣਾ ਕਿ ਥੋੜਾ ਜਿਹਾ ਸਮਾਂ ਬਦਲਿਆ ਜਾਵੇ ਇੱਕ ਵੱਖਰੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਵੇ ਕਿ ਉਹ ਕੀ ਕਰਦੀ ਹੈ ਠੀਕ ਹੈ ਸੋ ਜੇ ਹੁਣ ਕੋਈ ਵੱਖਰੀ ਪਾਰਟੀ ਨੂੰ ਮੌਕਾ ਮਿਲ ਗਿਆ ਤਾਂ ਠੀਕ ਹੈ ਨਹੀਂ ਦੋਸਤੋ ਜੇ ਫਿਰ ਵੀ ਉਹੀ ਪਾਰਟੀ ਆ ਗਈ ਜਿਹੜੀਆਂ ਪਹਿਲਾਂ ਆਉਂਦੀ ਰਹੀ ਨੇ ਫਿਰ ਤਾਂ ਪੰਜਾਬ ਦਾ ਦੋਸਤੋ ਬੇੜਾ ਹੀ ਕਰਕ ਹੈ ਠੀਕ ਹੈ ਫਿਰ ਤਾਂ ਪੰਜਾਬ 'ਚ ਰਹਿਣਾ ਨਾ ਰਹਿਣਾ ਇੱਕ ਗੱਲ ਦੇ ਬਰਾਬਰ ਹੈ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਕੀ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ